चल रहा अध्यापक मोर्चा लगातार 11वें दिन दे विच शामिल हो गया, जिथे सरकार दे उत्ते सवाल उठ रहे हैं कि सरकार वालों जिहड़े अध्यापक हैगे ने, पढ़िया लिखिया वर्ग हैगा जिहड़ा रोस जाहिर कर रहा, उसकी सार नहीं ली जा रही, तो दूजे पासे सरकार दीआं कई इहो जिहीआं नीतियां ने जिहड़ियां उजागर हो रही ने। साडे नाल टर्मीनेट किए हुए अध्यापक हैगे ने विनीत कुमार, जिन्होंने एक वड्डा सवाल खड़ा किया सिक्ख्या विभाग के उत्ते कि किस तरह के नाल करोड़ों रुपए का जिहड़ा घपला हैगा वह स्कूलों के नाँ ते किया जा रहा, उन्हां तों ही जानते हैं। विनीत जी स्वागत है दैनिक सवेरा ते, तुहाडा की मसला सीगा जिहड़ा तुसीं उजागर किया जिसके करके तुहानू अपनी नौकरी गवाउणी पई? ਇਹ ਮਸਲਾ ਇਹ ਹੈ ਜੀ ਕਿ ਗਵਰਨਮੈਂਟ ਨੇ ਸਕੂਲ ਖੋਲ੍ਹੇ ਸੀਗੇ ਆਦਰਸ਼ ਸਕੂਲ, ਇਹ ਆਦਰਸ਼ ਸਕੂਲ ਇੱਕ ਐਕਟ ਦੇ ਅੰਦਰ ਖੋਲ੍ਹੇ ਗਏ ਨੇ, ਉਸ ਐਕਟ ਦੇ ਅੰਦਰ 6 ਸਕੂਲ ਜਿਹੜੇ ਖੋਲ੍ਹੇ ਗਏ ਨੇ ਡਾਇਰੈਕਟ 100% PDB ਉਹਨਾਂ ਨੂੰ ਫੰਡਿੰਗ ਕਰਦੀ ਹੈ, ਅਤੇ 26 ਸਕੂਲ ਖੋਲ੍ਹੇ ਗਏ ਨੇ ਜਿਨ੍ਹਾਂ ਨੂੰ 70% ਫੰਡਿੰਗ ਜਿਹੜੀ ਹੈ PDB ਕਰਦੀ ਹੈ, ਅਤੇ 30% ਪ੍ਰਾਈਵੇਟ ਸੁਸਾਇਟੀਆਂ ਨੂੰ ਪਾਰਟਨਰ ਬਣਾਇਆ ਹੋਇਆ। ਉਹ ਪ੍ਰਾਈਵੇਟ ਸੁਸਾਇਟੀਆਂ ਆਪਣਾ 30% ਤਾਂ ਨਹੀਂ ਲਾਉਂਦੀਆਂ, ਬਲਕਿ ਉਹ 70 ਵਿੱਚੋਂ ਵੀ 40-40% ਕਮਾ ਰਹੀਆਂ ਨੇ। ਬੋਗਸ ਟੀਚਰ ਪਾਏ ਨੇ ਹਰ ਸਕੂਲ ਦੇ ਵਿੱਚ, 26 ਸਕੂਲਾਂ ਦੇ ਵਿੱਚ ਇਹ 8 ਤੋਂ ਲੈ ਕੇ 10 ਟੀਚਰ ਬੋਗਸ ਪਾਏ ਨੇ। ਇਹਨਾਂ ਦੀਆਂ ਆਪਣੀਆਂ ਇਨਕੁਆਇਰੀ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਉਹ ਟੀਚਰ ਬੋਗਸ ਨੇ, ਸੋ ਇਹ ਫਿਰ ਵੀ ਉਹਨਾਂ 'ਤੇ ਕੋਈ ਐਕਸ਼ਨ ਨਹੀਂ ਲੈ ਰਹੇ ਨੇ। ਇਹਨਾਂ ਨੇ ਜਦੋਂ ਅਸੀਂ ਇਹ ਸਾਰਾ ਕਰੋੜਾਂ ਦਾ ਘਪਲਾ 364 ਕਰੋੜ ਰੁਪਏ ਦਾ ਸਾਲਾਨਾ ਬਜਟ ਇਹ ਪ੍ਰਪੋਜ਼ ਕਰਦੇ ਨੇ ਇਹਨਾਂ ਸਕੂਲਾਂ ਲਈ, ਜਦਕਿ ਜਿਹੜੇ 27 ਸਕੂਲ ਹੈ ਉਹ PDB ਖੁਦ ਚਲਾ ਰਹੀ ਹੈ, ਉਹਨਾਂ ਦੇ ਵਿੱਚ ਕੇਵਲ ਔਰ ਕੇਵਲ 23 ਕਰੋੜ ਦਾ ਬੋਟ ਜਿਹੜਾ ਬਜਟ ਹੈ ਉਹ ਪ੍ਰਪੋਜ਼ ਕੀਤਾ ਜਾਂਦਾ ਹੈ। ਇਹ ਕਿੱਥੋਂ ਦੀ ਨੀਤੀ ਹੈ ਕਿ 27 ਸਕੂਲ ਚਲਾਉਣ ਲਈ 23 ਕਰੋੜ ਰੁਪਈਆ ਅਤੇ 26 ਸਕੂਲ ਚਲਾਉਣ ਲਈ 364 ਕਰੋੜ ਰੁਪਈਆ? ਇਹ ਕਿੱਧਰ ਬਾਕੀ ਪੈਸਾ ਕਿੱਧਰ ਜਾ ਰਿਹਾ ਹੈ? ਇਹ ਸਾਡਾ ਸਵਾਲ ਸਰਕਾਰ ਤੋਂ ਸਵਾਲ ਹੈ। ਇਹਨਾਂ ਕੋਲ ਡਾਕੂਮੈਂਟ ਸਾਰੇ ਅਸੀਂ ਵਾਰ ਵਾਰ ਪੇਸ਼ ਕਰ ਚੁੱਕੇ ਹਾਂ, ਇਹ ਇਨਕੁਆਇਰੀ ਕਰਨ ਦੀ ਬਜਾਏ ਇਹਨਾਂ ਨੇ 27 ਤਰੀਕ ਨੂੰ ਜਿਹੜੀ ਕੈਪਟਨ ਸਾਹਿਬ ਨਾਲ ਸਾਡੀ ਸਾਂਝੇ ਮੋਰਚੇ ਦੇ ਬੈਨਰ ਅੰਦਰ ਮੀਟਿੰਗ ਹੋਈ ਸੀ, ਉਸ ਵਿੱਚ ਮੈਂ ਸਾਰਾ ਇਹ ਪਲਾਥਾ ਇਹਨਾਂ ਦੇ ਮੂਹਰੇ ਰੱਖਿਆ, ਸਾਰੇ ਇਹਨਾਂ ਦੇ ਕਪੜੇ ਉਜਾਗਰ ਕੀਤੇ, ਇਹਨਾਂ ਦਾ ਐਕਸ਼ਨ ਲੈਣ ਲਈ ਕੈਪਟਨ ਸਾਹਿਬ ਨੇ ਕਿਸ਼ਨ ਕੁਮਾਰ ਜੀ ਨੂੰ ਕਿਹਾ, ਤਾਂ ਕਿਸ਼ਨ ਕੁਮਾਰ ਜੀ ਨੇ ਅੱਗੇ ਐਕਸ਼ਨ ਕੀ ਲਿਆ, ਪ੍ਰਾਈਵੇਟ ਕੰਪਨੀਆਂ ਨੂੰ ਕਹਿ ਕੇ ਸਾਨੂੰ 11 ਆਗੂਆਂ ਨੂੰ ਟਰਮੀਨੇਟ ਕਰਾਤਾ ਗਿਆ, ਅਤੇ ਇੱਕ ਫਰਜ਼ੀ ਲੈਟਰ ਜਿਹੜਾ ਆ 16 ਅਗਸਤ ਨੂੰ ਉਹ ਜਾਰੀ ਕੀਤਾ ਗਿਆ, ਜਿਸ ਵਿੱਚ ਆਪਣੀਆਂ ਪਿਛਲੀਆਂ ਸਾਰੀਆਂ ਕਰਤੂਤਾਂ ਸਾਰੀਆਂ ਕੱਪੜੇਬਾਜ਼ੀਆਂ ਨੂੰ ਛੁਪਾਉਣ ਦੇ ਲਈ ਪ੍ਰਾਈਵੇਟ ਕੰਪਨੀ ਨੂੰ ਇੱਕ ਤਾੜਨਾ ਪੱਤਰ ਦਿੱਤਾ ਗਿਆ, ਅਤੇ ਨਾਲ ਉਹਨਾਂ ਨੂੰ ਇੰਸਟਰਕਸ਼ਨਸ ਜਾਰੀ ਕੀਤੀਆਂ ਗਈਆਂ ਕਿ ਇਹਨਾਂ ਟੀਚਰਾਂ ਨੂੰ ਜੋ 5-5 ਹਜ਼ਾਰ 6-6 ਹਜ਼ਾਰ 'ਤੇ ਗੁਜ਼ਾਰਾ ਕਰ ਰਹੇ ਨੇ, ਇਹਨਾਂ ਨੂੰ ਫੁੱਲ ਸਕੇਲ ਸੈਲਰੀ ਕੀਤੀ ਜਾਵੇ। ਜਿੰਨਾ ਇਹਨਾਂ ਦਾ ਬਜਟ ਪੂਰੇ ਸਾਲ ਦਾ ਸਕੂਲ ਲੈਂਦੇ ਨੇ ਉਹਦਾ 50% ਸੈਲਰੀ ਵਿੱਚ ਦੇਣਾ ਕੰਪਲਸਰੀ ਬਣਾਇਆ ਗਿਆ, ਅਤੇ ਹੁਣ ਇਹ ਪ੍ਰਾਈਵੇਟ ਕੰਪਨੀਆਂ ਉਸ ਨੂੰ ਮੰਨਣ ਦੀ ਬਜਾਏ ਸਾਡੀਆਂ ਤਨਖਾਹਾਂ ਰੋਕ ਕੇ ਬੈਠੀਆਂ ਨੇ। ਅਗਸਤ ਤੋਂ ਲੈ ਕੇ 16 ਅਗਸਤ ਤੋਂ ਲੈ ਕੇ ਹੁਣ ਤੱਕ ਸਾਡੀਆਂ ਸੈਲਰੀਆਂ ਕਿਸੇ ਵੀ ਸਕੂਲ 'ਚ ਰਿਲੀਜ਼ ਨਹੀਂ ਕੀਤੀਆਂ ਗਈਆਂ। ਜਿਹੜੀ ਕੰਪਨੀ FCS ਭੱਜ ਗਈ ਸੀਗੀ ਉਸ ਕੰਪਨੀ ਦੇ 11 ਮਹੀਨੇ ਦੇ ਹਜੇ ਤੱਕ ਸਾਨੂੰ ਤਨਖਾਹਾਂ ਨਹੀਂ ਬਣੀਆਂ। ਜਦੋਂ ਇਹ ਸਾਰੀਆਂ ਗੱਲਾਂ ਅਸੀਂ ਜਾ ਕੇ ਅਫਸਰਾਂ ਨੂੰ ਜਾਂ ਕੈਪਟਨ ਸਾਹਿਬ ਨੂੰ ਦੱਸੀਆਂ ਤਾਂ ਉਹਨਾਂ ਨੇ ਇਹਦਾ ਹੱਲ ਇਹ ਕੱਢਿਆ ਕਿ ਜਿਹੜੇ ਬੋਲਦੇ ਨੇ ਇਹ ਟੀਚਰਾਂ ਨੂੰ ਟਰਮੀਨੇਟ ਕਰ ਦਿੱਤਾ ਜਾਵੇ। ਵਿਨੀਤ ਜੀ ਅਗਰ ਗੱਲ ਕਰੀਏ, ਬਾਰ ਬਾਰ ਦੁਹਾਈ ਦਿੱਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਖਜ਼ਾਨਾ ਖਾਲੀ ਹੈਗਾ, ਤੁਸੀਂ ਗੱਲ ਕੀਤੀ ਹੈ ਕਿ ਪੈਸਾ ਜਿਹੜਾ ਸਿੱਖਿਆ ਵਿਭਾਗ ਦੇ ਵਿੱਚ ਇੰਨਾ ਇੱਧਰ ਉੱਧਰ ਹੋਇਆ ਜਾਂ ਘਪਲਾ ਹੋਇਆ, ਇਹ ਪੈਸਾ ਆਇਆ ਕਿੱਥੋਂ, ਕਿਵੇਂ ਪੈਸਾ ਜਨਰੇਟ ਹੋਇਆ ਅਤੇ ਕਿਸ ਤਰ੍ਹਾਂ ਦੇ ਨਾਲ ਇਸਤੇਮਾਲ ਦੇ ਵਿੱਚ ਲਿਆਂਦਾ ਗਿਆ, ਇਹ ਜਰਾ ਇਹਦੇ ਬਾਰੇ ਚਾਨਣਾ ਪਾਓ। ਇਹ ਜਿਹੜਾ ਲੀਕੁਅਰ ਦੇ ਉੱਤੇ ਪੂਰੇ ਪੰਜਾਬ ਵਿੱਚ ਜਿੰਨਾ ਲੀਕੁਅਰ ਰਹਿੰਦਾ, ਸ਼ਰਾਬ ਜਿਹੜੀ ਜਾਂਦੀ ਆ ਉਹਦੇ ਉੱਪਰ 10 ਰੁਪਏ ਪਰ ਬੋਤਲ ਇੱਕ ਟੈਕਸ ਵਸੂਲਿਆ ਜਾਂਦਾ ਐਜੂਕੇਸ਼ਨ ਸੈਸ, ਉਹ ਟੈਕਸ ਜਿਹੜਾ ਆ 700 ਕਰੋੜ ਦੇ ਕਰੀਬ ਸਰਕਾਰ ਕੋਲ ਇਕੱਠਾ ਹੋ ਗਿਆ ਸੀਗਾ, ਤਾਂ 1997 ਦੇ ਵਿੱਚ ਇੱਕ ਐਕਟ ਬਣਾਇਆ ਗਿਆ ਪੰਜਾਬ ਐਜੂਕੇਸ਼ਨ ਡਿਵੈਲਪਮੈਂਟ ਐਕਟ, ਜਿਹਦੇ ਅੰਦਰ ਪੰਜਾਬ ਐਜੂਕੇਸ਼ਨ ਡਿਵੈਲਪਮੈਂਟ ਫੰਡ ਦੇ ਅੰਦਰ ਇਹ ਪੈਸਾ ਜਮ੍ਹਾਂ ਕੀਤਾ ਗਿਆ, ਪਰ ਉਹ ਪੈਸਾ ਕੇਵਲ ਐਜੂਕੇਸ਼ਨ 'ਚ ਯੂਜ਼ ਕਰ ਸਕਦੇ ਸੀ। ਇਸ ਲਈ 2007 ਦੇ ਵਿੱਚ ਬਾਦਲ ਸਰਕਾਰ ਨੇ ਇਸ ਐਕਟ ਨੂੰ ਅਮੈਂਡ ਕੀਤਾ, ਅਮੈਂਡ ਕਰਕੇ ਇਹਦੇ ਅੰਦਰ ਆਦਰਸ਼ ਸਕੂਲ ਖੋਲ੍ਹਣ ਦਾ ਐਕਟ ਬਣਾਇਆ। ਉਸ ਐਕਟ ਦੇ ਅੰਦਰ 2 ਤਰ੍ਹਾਂ ਦੇ 10 ਸਕੂਲ ਖੋਲ੍ਹੇ ਜਾਣੇ ਸੀਗੇ, ਇੱਕ ਜਿਹੜੇ ਡਾਇਰੈਕਟ ਪੰਜਾਬ ਐਜੂਕੇਸ਼ਨ ਡਿਵੈਲਪਮੈਂਟ ਬੋਰਡ ਖੁਦ ਚਲਾਵੇਗੀ, ਅਤੇ ਦੂਸਰਾ 70-30 ਦੀ ਰੇਸ਼ੋ ਦੇ ਵਿੱਚ ਇਹ ਪ੍ਰਾਈਵੇਟ ਪਾਰਟਨਰਸ ਜਾਂ ਸੋਸਾਇਟੀਆਂ ਨਾਲ ਮਿਲ ਕੇ ਚਲਾਉਣਗੀਆਂ। ਇਸ ਪੰਜਾਬ ਐਜੂਕੇਸ਼ਨ ਡਿਵੈਲਪਮੈਂਟ ਐਕਟ, ਇਹ ਪੰਜਾਬ ਐਜੂਕੇਸ਼ਨ ਡਿਵੈਲਪਮੈਂਟ ਬੋਰਡ ਜਿਹਦੇ ਵਿੱਚ ਇੰਨੇ ਕਰੋੜਾਂ ਦਾ ਘਪਲਾ ਹੋ ਰਿਹਾ ਹੈ, ਮੈਂ ਇੱਥੇ ਦੱਸਣਾ ਬਿਲਕੁਲ ਚਾਹਾਂਗਾ ਕਿ ਇਸ ਬੋਰਡ ਦਾ ਚੇਅਰਮੈਨ ਖੁਦ ਮੁੱਖ ਮੰਤਰੀ ਜੀ ਨੇ, ਸੋ ਉਹਨਾਂ ਦੀ ਚੇਅਰਮੈਨਸ਼ਿਪ ਦੇ ਅੰਦਰ ਅੰਡਰ ਦਾ ਟੇਬਲ ਇੰਨਾ ਸਾਰਾ ਕੁਝ ਹੋ ਰਿਹਾ ਹੈ, ਉਹ ਇਸ ਚੀਜ਼ ਦੀ ਨੋਟਿਸ ਲੈਣ ਅਤੇ ਇਸ ਦੇ ਉੱਤੇ ਕੋਈ ਐਕਸ਼ਨ ਲੈਣ। ਸਾਡੀਆਂ ਟਰਮੀਨੇਸ਼ਨਾਂ ਨੂੰ ਜਿਨ੍ਹਾਂ ਨੇ ਇਹ ਸਭ ਕੁਝ ਉਜਾਗਰ ਕੀਤਾ ਇਹਨੂੰ ਤੁਰੰਤ ਰੱਦ ਕਰਨ, ਅਤੇ ਇਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਉੱਤੇ ਲਗਾਮ ਕੱਸਣ ਅਤੇ ਕੋਈ ਐਸੀ ਨੀਤੀ ਬਣਾਉਣ। ਅਗਰ ਇਹ ਪੈਸਾ, ਮੈਂ ਉਹਨਾਂ ਨੂੰ ਮੀਟਿੰਗ ਵਿੱਚ ਵੀ ਇਹ ਕਿਹਾ ਸੀਗਾ ਕਿ ਜਿੰਨਾ ਪੈਸਾ ਇੱਥੇ ਖਰਚ ਹੋ ਰਿਹਾ, ਅਗਰ ਉਹ ਪੈਸਾ ਪ੍ਰਾਈਵੇਟ ਕੰਪਨੀਆਂ ਤੋਂ ਲੈ ਕੇ ਕੇਵਲ ਸਰਕਾਰ
आप खुद चलावे तो घट्टो घट साल का 100 तो लैके 150 करोड़ रुपया एक सरकार बचा सकती है। जी अवनीत जी जिदा तुसी कह रहे हो कि जिहड़ियां प्राइवेट कंपनियां नूं स्कूल दिते गए ने 70-30 दी रेशो दे उत्ते उहदे विच वड्डा कपड़ा होया किस तरह दे नाल उहनां ने जिहड़ा पैसा हैगा उहदा दुरउपयोग कीता कि तुसी कह रहे हो कि जिहड़े खर्चे ने उहनां दे उह फर्जी दिखाए गए या अध्यापक फर्जी दिखाए गए या किराए ते समान लिया गया कि किस तरह दे नाल इहदा वड्डा कपड़ा हो गया। देखो ऑडिट रिपोर्टां दे प्रूफ साडे कोल ने असीं मानयोग हाई कोर्ट विच केस भी पाया होया ने वो ऑडिट रिपोर्टा साफ दसदियां ने कि जिहड़ा पैसा बच्चों की ट्रांसपोर्ट से खर्च होना सीगा वो ट्रांसपोर्ट ले ही नहीं गई बच्चों फ्री ट्रांसपोर्ट देनी सी ट्रांसपोर्ट ले ही नहीं गई 400 रुपये बच्चा पर बच्चा वर्दी सरकारी स्कूलों से मिल रही है लेकिन ये 2-2 हज़ार रुपये 2200-2200 रुपया पर बच्चा वर्दियों के बिल पाते हैं। इन्होंने अपने जिन्हें भी इक्यूपमेंट ने टेबल कुर्सी बेंच जनरेटर लैपटॉप या जिन्हें स्मार्ट क्लास रूम बनाए ने वो सारे रूम्स के सब कुछ इक्यूपमेंट इन्होंने किराए से शो किए ने एक किराया किराया बढ़ के इन्ना बन गया कि उस अगर एक लैपटॉप है उसका किराया 5 साल में इन्ना बन गया कि उस कीमत के 10 तो लैके 15 लैपटॉप खरीदे जा सकते हैं। इस तरीके इन्होंने ऑपरेशनल कोर्स तो कैपिटल कोर्स दोनों इस तरीके कबले किए कि वध तो वध बिल प्रोड्यूस करके क्यों क्योंकि ऐसी नीति बनी है कि इन्हों बिल जिदन जमा कराते हैं 3 महीने के बिल जो 95% PDB डायरेक्ट रिलीज करा दी है जबकि वेरीफिकेशन DO द्वारा होंगी है। DO केवल 5% बिलों की वेरीफिकेशन करने का अधिकार दिता गया है सो 5% का यह 5 साल के लेंदे भी नहीं है ये उ 95% अपना गुजारा कर लेंगे ने यह बहुत वड्डा कबला चल रहा। सो साडे नाल गल कर रहे सी वनीत कुमार जिन्हां नूं नौकरी तो टर्मीनेट किया गया इन्होंने वड्डा सवाल खड़ा किया क्योंकि कैप्टन अमरिंदर सिंह जिथे मुख्यमंत्री ने उन्हां दी चेयरमैनशिप के थले हैगा जिहड़ा ये वड्डा कबला चल रहा सी जिसका पर्दाफाश करन दे लई इन्हां नूं अपनी नौकरी तक गवाउणी पई अते किस तरह दे नाल प्राइवेट कंपनियां हैगियां जिहड़ियां वो फर्जी बिलों के नाल जिहड़ा एजुकेशन सैस का पैसा हैगा जो करोड़ों रुपए के इकट्ठा हो गया सी जिसनों कितने होर उपयोग नहीं किया जा सकता सी उसका सीधा सीधा दुरउपयोग किया जा रहा तो कितना कितने विनीत कुमार ने वड्डा सवाल खड़ा किया क्योंकि मामला चेयरमैन मुख्यमंत्री पंजाब खुद ने तो कि ना कि मामला हैगा जिहड़ा उसने जरूर सरकार को ध्यान देना चाहिए। पटियाला तो कैमरामैन कमल के नाल अवतार गिल दैनिक सवेरा।